ਅਗਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਸੀਮિતા ਲੀਵਾਲ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਕਿਸਾਨੀ ਸੰਘਰਸ਼ ਦੇ ਵਿੱਚੋਂ ਅਪਡੇਟ ਅਪਡੇਟ ਹੈ ਅਜੇ ਹੀ ਜੋ ਸੁਣ ਕੇ ਸ਼ਾਇਦ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ ਦੁਖਦਾਈ ਖਬਰਾਂ ਸਾਹਮਣੇ ਆ ਰਹੀਆਂ ਨੇ ਲਗਾਤਾਰ ਦਿੱਲੀ ਧਰਨੇ ਤੋਂ ਪਰ ਕੋਈ ਸੁਖ ਦੀ ਖਬਰ ਸਾਹਮਣੇ ਨਹੀਂ ਆ ਰਹੀ ਕਿਉਂਕਿ ਸਰਕਾਰ ਤਸ ਤੋਂ ਮਸ ਹੋਣ ਲਈ ਰਾਜ਼ੀ ਨਹੀਂ ਹੈ ਅੜਿਲ ਰਵਈਆ ਲਗਾਤਾਰ ਕੇਂਦਰ ਸਰਕਾਰ ਨੇ ਅਖਤਿਆਰ ਕੀਤਾ ਹੋਇਆ ਬੇਸ਼ੱਕ ਮੰਨ ਲਿਆ ਕਿ ਕਮੀਆਂ ਨੇ ਖਾਮੀਆਂ ਨੇ ਜਿਨ੍ਹਾਂ ਨੂੰ ਬਦਲਿਆ ਜਾਵੇਗਾ ਸੋਧ ਕੀਤੀ ਜਾਵੇਗੀ ਬਿਲਾ ਦੇ ਵਿੱਚ ਪਰ ਬਿਲਾ ਨੂੰ ਰੱਦ ਨਹੀਂ ਕੀਤਾ ਜਾਵੇਗਾ ਉਧਰ ਕਿਸਾਨ ਵੀ ਅੜੇ ਹੋਏ ਨੇ ਕਿ ਬਿਲਾ ਨੂੰ ਰੱਦ ਕਰਵਾ ਕੇ ਹੀ ਦਿੱਲੀ ਦੀ ਹਿੱਕ ਤੋਂ ਗੋੜ ਆ ਚੁੱਕਣਗੇ ਇਨਾ ਦਰਨਿਆਂ ਦੌਰਾਨ ਹੀ ਦੁਖਦਾਈ ਖਬਰਾਂ ਸਾਹਮਣੇ ਆ ਰਹੀਆਂ ਨੇ ਬੀਤੇ ਕੱਲ ਸੰਤ ਰਾਮ ਸਿੰਘ ਨੇ ਜਿਹੜੇ ਨਾਨਕ ਸਰ ਵਾਲੇ ਉਹਨਾਂ ਨੇ ਆਤਮ ਹੱਤਿਆ ਕਰ ਲਈ ਦਰਨੇ ਦੇ ਵਿੱਚ ਕਿਸਾਨਾਂ ਦੇ ਦੁੱਖ ਨੂੰ ਦੇਖਦੇ ਹੋਏ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਜਿਹੜਾ ਇਨਸਾਨ ਉੱਥੇ ਦਿੱਲੀ ਬਾਰਡਰ ਤੇ ਜਾਂ ਫਿਰ ਦਰਨੇ ਦੇ ਵਿੱਚ ਸ਼ਾਮਿਲ ਆ ਉਹਨਾਂ ਨੂੰ ਹੀ ਪਤਾ ਹੈ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਕੀ ਨੇ ਤੇ ਕੀ ਕਿਸਾਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਜਿਨ੍ਹਾਂ ਨੂੰ ਦੇਖਦੇ ਹੋਏ ਸੰਤ RAM ਸਿੰਘ ਸਿੰਘ ਤੋਂ ਜੜੀਆਂ ਉਹ ਜੜੀਆਂ ਮੁਸ਼ਕਲਾਂ ਨੇ ਕਿਸਾਨਾਂ ਦੀਆਂ ਉਹ ਦੇਖੀਆਂ ਨਹੀਂ ਗਈਆਂ ਉਹਨਾਂ ਦਾ ਦੁੱਖ ਦਰਦ ਦੇਖਿਆ ਨਹੀਂ ਗਿਆ ਤੇ ਉਹਨਾਂ ਨੇ ਆਤਮ ਹੱਤਿਆ ਕਰ ਲਈ ਨਾਲ ਹੀ ਇੱਕ ਹੋਰ ਦੁਖਦਾਇਕ ਖਬਰ ਆ ਜਿਹੜੀ ਕੀ ਤਰਨਿਆ ਦੇ ਵਿੱਚੋਂ ਜਾਂ ਸੰਗਰੂਰ ਦਾ ਰਹਿਣ ਵਾਲਾ ਇੱਕ ਨੌਜਵਾਨ ਧੀਮ ਸਿੰਘ ਉਸਨੇ ਵੀ ਕੱਲ ਸ਼ਹੀਦੀ ਪਾ ਲਈਆ ਇਹਨਾਂ ਬਿਲਾ ਦੇ ਕਾਰਨ ਨਾਲ ਹੀ ਇੱਕ ਹੋਰ ਮੁੰਡਾ ਸੀਗਾ ਜਿਹੜਾ 16 ਸਾਲਾਂ ਦਾ ਨੌਜਵਾਨ ਹੈ ਜਿਹੜਾ ਉਸਨੇ ਵੀ ਸ਼ਹੀਦੀ ਪਾਈ ਆ ਇਸ ਧਰਨੇ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਦੱਸਦੇ ਕਿ ਜਿਹੜਾ 16 ਸਾਲਾਂ ਦਾ ਗੜ ਸ਼ੰਕਰ ਦੇ ਨੇੜੇ ਇੱਕ ਪਿੰਡ ਦਾ ਰਹਿਣ ਵਾਲਾ ਲੜਕਾ ਸੀ ਗੁਰਵਿੰਦਰ ਸਿੰਘ ਜਿਸ ਦੀ ਉਮਰ 16 ਸਾਲ ਸੀਗਾ ਉਹ ਧਰਨੇ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕਾਫਲੇ ਦੇ ਵਿੱਚ ਜਾ ਰਿਹਾ ਸੀ ਡੱਲੇ ਤੇ ਬੈਠਾ ਸੀਗਾ ਤੇ ਅਚਾਨਕ ਅੱਖ ਲੱਗ ਗਈ ਤੇ ਨੀਂਦ ਦਾ ਝੂਟਾ ਆਇਆ ਚਟਕਾ ਲੱਗਾ ਤੇ ਪਿੱਛੇ ਡਿੱਗ ਗਿਆ ਜਦੋਂ ਉਹ ਡਿੱਗਿਆ ਤਾਂ ਉਸ ਦੇ ਉੱਪਰ ਗੱਡੀ ਲੰਘ ਗਈ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਉਸ ਨੇ ਵੀ ਕਿਸਾਨਾਂ ਦੇ ਲਈ ਸ਼ਹੀਦੀ ਪਾ ਲਈ ਪੀਨ ਸਿੰਘ ਉਸ ਨੇ ਵੀ ਕਿਸਾਨਾਂ ਦੇ ਆਪਣੇ ਹੱਕਾਂ ਦੇ ਲਈ ਲੜਦੇ ਲੜਦੇ ਸ਼ਹੀਦ ਹੋ ਗਏ ਤੇ ਸੰਤ ਰਾਮ ਸਿੰਘ ਨਾਨਕ ਸਰ ਵਾਲਿਆਂ ਨੇ ਵੀ ਕਿਸਾਨਾਂ ਦਾ ਦੁੱਖ ਦੇਖਦੇ ਹੋਏ ਤੇ ਸਰਕਾਰ ਤੱਕ ਇਹ ਗੱਲ ਪਹੁੰਚੇ ਕਿ ਕਿਸਾਨ ਆਪਣੇ ਹੱਕਾਂ ਦੇ ਲਈ ਲੜ ਰਹੇ ਨੇ ਇਸ ਲਈ ਉਹਨਾਂ ਨੇ ਵੀ ਸ਼ਹਾਦਤ ਦੇ ਦਿੱਤੀ ਆਪਣੇ ਆਪ ਨੂੰ ਤਰਨੇ ਦੇ ਵਿੱਚ ਸਿੰਘੂ ਬਾਰਡਰ ਤੇ ਖਤਮ ਕਰ ਲਿਆ। ਸੰਤ RAM ਸਿੰਘ ਦੀ ਸ਼ਹਾਦਤ ਸਿੰਘੂ ਬਾਰਡਰ ਤੇ ਹੋਈ ਤੇ ਕੁੰਡਲੀ ਬਾਰਡਰ ਤੇ ਜਿਹੜੀ ਆ ਜਿਹੜਾ ਭੀਮ ਸਿੰਘ ਦੀ ਮੌਤ ਹੋਈ ਸ਼ਹਾਦਤ ਹੋਈ ਤੇ ਤਰਨੇ ਦੇ ਵਿੱਚ ਸ਼ਾਮਿਲ ਹੋਣ ਜਾ ਰਿਹਾ ਰੋਡ ਤੇ ਜਿਹੜਾ 16 ਸਾਲਾਂ ਦਾ ਲੜਕਾ ਸਿਗਰ ਨੌਜਵਾਨ ਗੁਰਵਿੰਦਰ ਸਿੰਘ ਉਸ ਦੀ ਮੌਤ ਹੋਈ ਪਰ ਸਰਕਾਰ ਜਿਹੜੀ ਉਸ ਦੇ ਕੰਤੇ ਜੂਨ ਤੱਕ ਨਹੀਂ ਸਰਕਾਰੀ ਕਿੰਨੇ ਕਿਸਾਨਾਂ ਨੇ ਹੁਣ ਤੱਕ ਆਪਣੇ ਹੱਕਾਂ ਦੇ ਲਈ ਸ਼ਹੀਦੀ ਦੇ ਦਿੱਤੀ ਹੁਣ ਨਹੀਂ ਪਤਾ ਕਿ ਆਉਣ ਵਾਲਾ ਕਿੰਨਾ ਸਮਾਂ ਉਹਨਾਂ ਨੂੰ ਇੰਨਾ ਹੱਡ ਚੀਰਵੀ ਠੰਡਾਂ ਦੇ ਵਿੱਚ ਕਿੰਨਾ ਸਮਾਂ ਉਹਨਾਂ ਸੜਕਾਂ ਤੇ ਬੈਠਣਾ ਪਵੇਗਾ ਤੇ ਕਿੰਨਾ ਸਮਾਂ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪਵੇਗਾ ਕਿਉਂਕਿ ਸਰਕਾਰ ਹੈ ਜਿਹੜੀ ਉਹ ਸੋਧ ਕਰਨ ਲਈ ਮੰਨ ਗਈ ਆ ਪਰ ਬਿੱਲਾ ਜਿਹੜੇ ਰੱਦ ਕਰਨ ਨੂੰ ਨਹੀਂ ਤਿਆਰ ਪਰ ਇੱਥੇ ਵੱਡਾ ਸਵਾਲ ਇਹ ਉੱਠਦਾ ਜੇ ਬਿੱਲਾਂ ਦੇ ਵਿੱਚ ਖਾਮੀਆਂ ਨੇ ਤੇ ਉਹਨਾਂ ਦੀ ਸੋਧ ਹੋ ਸਕਦੀ ਆ ਤਾਂ ਫਿਰ ਬਿੱਲ ਰੱਦ ਕਿਉਂ ਨਹੀਂ ਹੋ ਸਕਦਾ ਸਰਕਾਰ ਨੂੰ ਇਸ ਦਾ ਕੀ ਨੁਕਸਾਨ ਹੈ ਕਿਉਂਕਿ ਜੇ ਸਰਕਾਰ ਨੂੰ ਬਿੱਲ ਰੱਦ ਹੋਣ ਦਾ ਕੋਈ ਨੁਕਸਾਨ ਨਹੀਂ ਹੈ ਤਾਂ ਫਿਰ ਸਰਕਾਰ ਨੂੰ ਬਿੱਲ ਰੱਦ ਕਰ ਦੇਣੇ ਚਾਹੀਦੇ ਨੇ ਕਿਉਂਕਿ ਸਰਕਾਰ ਲਗਾਤਾਰ ਇਹ ਟੰਡੋਰਾ ਪੇਟਰੀਆ ਕਿ ਜਿਹੜੇ ਇਹ ਤਿੰਨ ਕਾਨੂੰਨ ਨੇ ਖੇਤੀ ਕਾਨੂੰਨ ਨੇ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਕਿਸਾਨਾਂ ਦੇ ਹਿੱਤ ਲਈ ਬਣਾਏ ਗਏ ਨੇ ਕਿਸਾਨਾਂ ਨੂੰ ਮੁਨਾਫਾ ਦੇਣ ਦੇ ਲਈ ਬਣਾਏ ਗਏ ਨੇ ਪਰ ਜਦੋਂ ਕਿਸਾਨ ਲਗਾਤਾਰ ਕਹਿ ਰਿਹਾ ਮੂੰਹੋਂ ਮੂੰਹ ਹੀ ਕਹਿ ਰਿਹਾ ਕਿ ਉਸ ਨੂੰ ਇਹ ਬਿੱਲ ਨਹੀਂ ਚਾਹੀਦਾ ਉਸ ਨੂੰ ਮੁਨਾਫਾ ਨਹੀਂ ਚਾਹੀਦਾ ਉਹ ਸਿਰਫ ਰੋਟੀ ਚਾਹੀਦੀ ਆ ਉਸ ਨੂੰ ਖਾਣ ਦੇ ਲਈ ਪੀਜ਼ਾ ਨਹੀਂ ਚਾਹੀਦਾ ਤਾਂ ਫਿਰ ਸਰਕਾਰ ਕਿਉਂ ਜ਼ਬਰਦਸਤੀ ਉਹਨਾਂ ਤੇ ਇਹ ਬਿੱਲ ਥੋਪ ਰਹੀ ਐ ਕਿਸਾਨਾਂ ਦਾ ਇਹ ਕਹਿਣਾ ਪਰ ਸਰਕਾਰ ਦੇ ਲਗਾਤਾਰ ਇਹ ਰਾਗ ਲਾਪ ਰਹੀ ਹੈ ਕਿ ਕਿਸਾਨਾਂ ਦੇ ਹਿੱਤ ਦੇ ਵਿੱਚ ਬਿਲ ਬਣਾਏ ਗਏ ਨੇ ਜਦੋਂ ਵੀ ਮੋਦੀ ਸਾਹਿਬ ਮਨ ਕੀ ਬਾਤ ਕਰਦੇ ਆ ਜਾਂ ਫਿਰ ਕਿਤੇ ਵੀ ਭਾਸ਼ਣ ਦਿੰਦੇ ਆ ਤਾਂ ਫਿਰ ਇਹ ਉਹ ਇਹਨਾਂ ਭਾਸ਼ਣਾਂ ਦੇ ਵਿੱਚ ਕਹਿੰਦੇ ਆ ਕਿ ਇਹ ਜਿਹੜੇ ਤਿੰਨ ਖੇਤੀ ਕਾਨੂੰਨ ਨੇ ਉਹ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਨੇ ਪਰ ਕਿਸਾਨ ਨੌਜਵਾਨ ਹਰ ਵਰਗ ਕਹਿ ਰਿਹਾ ਤੇ ਇਹ ਕਿਸਾਨ ਜਿਹੜੇ ਬਿਲ ਨੇ ਉਹ ਕਿਸਾਨ ਵਿਰੋਧੀ ਨੇ ਕਾਲੇ ਕਾਨੂੰਨ ਨੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕਦੋਂ ਤੱਕ ਇਹ ਜਿਹੜੀਆਂ ਸ਼ਹੀਦੀਆਂ ਚਲਦੀਆਂ ਰਹਿਣਗੀਆਂ ਕਦੋਂ ਤੱਕ ਕਿਸਾਨ ਨੂੰ ਹੱਡ ਚੀਰਵੀਂ ਠੰਡ ਦੇ ਵਿੱਚ ਸੜਕਾਂ ਤੇ ਬੈਠਣਾ ਪਵੇਗਾ ਤੇ ਕਦੋਂ ਤੱਕ ਸਰਕਾਰ ਆਪਣਾ ਅੜਿਆਲ ਰਵਈਆ ਇਖਤियार ਕਰਕੇ ਰੱਖਦੀ ਆ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਜਿਹੜੀਆਂ ਖਬਰਾਂ ਧਰਨੇ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ ਉਹ ਦੁਖਦਾਈ ਨੇ ਤੇ ਹਰ ਇੱਕ ਦੇ ਅੱਖ ਦੇ ਵਿੱਚ ਉਹਨਾਂ ਖਬਰਾਂ ਨੂੰ ਸੁਣਨ ਤੋਂ ਬਾਅਦ ਉਹਨਾਂ ਉਹਨਾਂ ਦੇ ਚਿਹਰੇ ਦੇਖ ਕੇ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਉਹਨਾਂ ਦਾ ਚਿਹਰਾ ਵੇਖ ਕੇ ਨਾ ਤਸਵੀਰ ਦੇਖ ਕੇ ਹਰ ਇੱਕ ਦੀ ਅੱਖ ਨਮ ਜ਼ਰੂਰ ਹੁੰਦੀ ਹੈ ਕਿਉਂਕਿ ਇਹ ਕਿਸਾਨੀ ਸੰਘਰਸ਼ ਜਿਹੜਾ ਕੱਲੇ ਕਿਸਾਨਾਂ ਨਾਲ ਨਹੀਂ ਜੁੜਿਆ ਹੋਇਆ ਇਹ ਜਨ ਸੈਲਾਬ ਬਣ ਚੁੱਕਿਆ ਤੇ ਹਰ ਇੱਕ ਦੇ ਦਿਲ ਦੇ ਵਿੱਚ ਕਿਸਾਨਾਂ ਪ੍ਰਤੀ ਦਰਦ ਹੈ ਕਿਉਂਕਿ ਉਹ ਦੇਸ਼ ਦਾ ਅੰਦਾਤਾ ਜੋ ਆਪਣੇ ਖੇਤਾਂ ਦੇ ਵਿੱਚ ਉਗਾਂਦਾ ਉਹ ਖਾਣ ਨੂੰ ਲੋਕਾਂ ਨੂੰ ਮਿਲਦਾ ਤੇ ਹਰ ਇੱਕ ਦੀ ਥਾਲੀ ਦੇ ਵਿੱਚ ਜਿਹੜੀ ਚੀਜ਼ ਹੁੰਦੀ ਹੈ ਖਾਣ ਦੇ ਲਈ ਉਹ ਕਿਸਾਨਾਂ ਤੋਂ ਬਿਨਾ ਪੋਸੀਬਲ ਨਹੀਂ ਹੈ ਤੇ ਕਿਸਾਨ ਦੇ ਲਈ ਹਰ ਵਰਗ ਉਹਨਾਂ ਦੇ ਹੱਕ ਦੇ ਵਿੱਚ ਡਟਿਆ ਹੋਇਆ ਤੁਸੀਂ ਵੀ ਦੇਖਿਆ ਹੋਣਾ ਦਿੱਲੀ ਸੰਘਰਸ਼ ਦੇ ਵਿੱਚ ਹਰ ਵਰਗਾ ਜੁੜਾ ਕਿਸਾਨਾਂ ਦਾ ਸਮਰਥਨ ਕਰ ਰਿਹਾ ਚਾਹੇ ਨੌਜਵਾਨ ਹੋਵੇ ਚਾਹੇ ਵਪਾਰੀ ਵਰਗ ਹੋਵੇ ਚਾਹੇ ਉਹ ਜਿਹੜਾ ਕਿਸਾਨ ਨਹੀਂ ਵੀ ਜੁੜਿਆ ਹੋਇਆ ਉਹ ਵੀ ਤਖਤੀ ਹੱਤ ਦੇ ਵਿੱਚ ਫੜ ਕੇ ਐਲਾਨ ਕਰ ਰਿਹਾ ਦਿਲ ਤੋਂ ਕਿ ਜ਼ਮੀਨ ਨਹੀਂ ਹੈ ਪਰ ਜ਼ਮੀਰ ਜ਼ਰੂਰ ਹੈ ਛੋਟੇ ਛੋਟੇ ਬੱਚੇ ਸ਼ਮੂਲੀਅਤ ਕਰ ਰਹੇ ਨੇ ਔਰਤਾਂ ਡਟੀਆਂ ਹੋਈਆਂ ਨੇ ਲਗਾਤਾਰ ਬਾਰਡਰਾਂ ਤੇ ਪਰ ਫਿਲਹਾਲ ਇਹ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਦੁਖਦਾਈ ਖਬਰਾਂ ਜੜੀਆਂ ਨੇ ਉਹ ਲਗਾਤਾਰ ਧੰਨਿਆਂ ਦੇ ਵਿੱਚੋਂ ਆ ਰਹੀਆਂ ਨੇ ਪਰ ਕੇਂਦਰ ਸਰਕਾਰ ਦੇ ਕੰੰਤੇ ਜੂੰ ਤੱਕ ਨਹੀਂ ਸਰਕ ਰਹੀ